ਜੀ ਮਾਸ਼ਾਅੱਲਾ ਵੀਰ, ਪੀ ਕੁੱਕ ਫਾਰਮ ਤੋਂ ਚੈੱਕ ਕਰੋ ਮੇਰਾ ਭਾਈ, ਤਕਰੀਬਨ ਦੋ ਦੋ ਮਹੀਨੇ ਦੇ ਬੱਚੇ ਹੋ ਗਏ ਨੇ। ਚੈੱਕ ਕਰੋ ਮਾਸ਼ਾਅੱਲਾ, ਤੁਰਕੀ ਬਾਗ ਬੜੇ ਭਾਈਆਂ ਤੋਂ ਲੁਕਾ ਛੁਪਾ ਕੇ ਰੱਖੇ ਨੇ, ਵਰਨਾ ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਨਾ ਤੁਰਕੀ ਦੀ ਬਹੁਤ ਜ਼ਿਆਦਾ ਮੰਗ ਚੱਲ ਰਹੀ ਹੈ। ਜੀ ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਉਮੀਦ ਕਰਦਾਂਗੇ ਸਾਰੇ ਦੋਸਤ ਭਰਾ ਵਧੀਆ ਹੋਣਗੇ। ਜੀ ਮਾਸ਼ਾਅੱਲਾ ਵੀਰ, ਪੀ ਕੁੱਕ ਫਾਰਮ ਤੋਂ ਅੱਜ ਬਾਈਆਂ ਨੂੰ ਸ਼ੌਕ ਚੈੱਕ ਕਰਾਉਂਦੇ ਹਾਂ, ਅਤੇ ਕੁਝ ਬਰਡ ਜਿਹੜੇ ਹਨ ਬਾਈਆਂ ਤੋਂ ਬੜੇ ਅਰਸੇ ਤੋਂ ਛੁਪਾ ਕੇ ਰੱਖੇ ਹੋਏ ਸਨ, ਅਤੇ ਉਹ ਵੀ ਨਾਲ ਬਾਈਆਂ ਦਾ ਸ਼ੌਕ ਚੈੱਕ ਕਰਾਉਂਦੇ ਹਾਂ। ਬਾਈਆਂ ਨੂੰ ਉਹ ਵੀ ਵਿਖਾਉਂਦੇ ਹਾਂ ਕਿ ਕਿਹੜੇ ਬਰਡ ਛੁਪਾ ਕੇ ਰੱਖੇ ਸਨ ਔਰ ਕਿਉਂ ਰੱਖੇ ਸਨ। ਠੀਕ ਹੋ ਗਿਆ? ਅਤੇ ਆ ਜਾਓ ਵੀਡੀਓ, ਚਲਦੇ ਹਾਂ ਵੀਡੀਓ ਇੱਧਰ। ਤੁਰਕੀ ਮੇਰੇ ਭਾਈ ਮਾਸ਼ਾਅੱਲਾ ਜਿਹੜੇ ਨਾ ਕਾਫੀ ਤਗੜੇ ਹੋ ਗਏ ਨੇ, ਬਾਈਆਂ ਤੋਂ ਜਿਹੜੇ ਨਾ ਥੋੜ੍ਹੇ ਜਿਹੇ ਛੁਪਾ ਕੇ ਰੱਖੇ ਹੋਏ ਸਨ ਗੋਲਡਨ ਦਾ। ਲਾਈਟ ਜਿਹਾ ਬੱਚਾ ਬਿਲਕੁਲ ਗੋਲਡਨ ਦਾ। ਠੀਕ ਹੈ, ਚੈੱਕ ਕਰੋ ਕਿ ਅੱਜ ਹੀ ਮੇਰੇ ਭਾਈ ਇੱਥੇ ਨਾ ਸ਼ਿਫਟ ਕੀਤੇ ਨੇ, ਪਹਿਲਾਂ ਵਾਲੇ ਅੱਛੀ ਸਨ। ਠੀਕ ਹੈ, ਸਾਫ਼ ਸੂਫ ਕਰਕੇ ਨਾ ਅਤੇ ਮੇਰੇ ਭਾਈ ਸ਼ਿਫਟ ਕਰ ਛੱਡੇ ਨੇ। ਠੀਕ ਹੈ, ਮੈਂ ਹੈਦਰਾਬਾਦ ਇੱਥੇ ਹੁੰਦਾ, ਭਾਜ ਦੌੜ ਲਾਉਣ, ਫਿਰਨ ਟੁਰਨ, ਅਤੇ ਜਾਨਵਰ ਮਾਸ਼ਾਅੱਲਾ ਜਿਹੜਾ ਨਾ ਹੈਲਦੀ ਐਕਟਿਵ ਪੀਸ ਹੋ ਗਏ ਨੇ। ਐਡਕੀ ਜਿਹੜਾ ਨਾ ਬੜਾ ਯਾਰ, ਬੜਾ ਹੀ ਤੁਰਕੀ ਦੀ ਵਜ੍ਹਾ ਤੋਂ ਬੜੀ ਪਰੇਸ਼ਾਨੀ ਆਈ ਹੈ। ਬਾਕੀ ਹਜੇ ਵੀ ਕਿਸੇ ਭਾਈ ਦੇ ਕੋਲ ਅਗਰ ਤੁਰਕੀ ਫਾਰ ਫੇਲ ਹੋ ਗਏ ਕੜੋਕਾ ਲਈ ਮੇਰੇ ਭਾਈ, ਅਤੇ ਉਹ ਰਾਬਤਾ ਜ਼ਰੂਰ ਕਰਿਆ ਜੇ। ਠੀਕ ਹੈ, ਅਤੇ ਬਾਕੀ ਚੈੱਕ ਕਰੋ ਮਾਸ਼ਾਅੱਲਾ ਜਾਨਵਰ ਜਿਹੜੇ ਨੇ ਨਾ, ਇਸ ਦਫ਼ਾ ਮੈਂ ਡੱਕ ਲੈਣੇ। ਮੈਂ ਕਿਹਾ ਯਾਰ ਅੱਗੇ ਬਹੁਤ ਤੰਗ ਹੋਇਆ ਵਾਂ, ਐਤਕੀ 50 ਕੁ ਪੀਸ ਡੱਕੇ ਨੇ, ਅਤੇ 20-25 ਪੀਸ ਜਿਹੜੇ ਨਾ ਉਹ ਛੋਟੇ ਨੇ ਆਲੇ ਦੇ ਵਿੱਚ, ਅਤੇ ਇਹ ਫਟੇ ਨੇ ਅਸੀਲ ਮੁਰਗੇ, ਨਫ਼ਰਤ ਇਹਨਾਂ ਤੋਂ ਇਸ ਸਮੇਂ ਕਿ ਜਿਹੜੇ ਸਿਰਫ ਲੜਦੇ ਰਹਿੰਦੇ ਨੇ। ਹਜੇ ਵੇਖ ਲਓ ਨਿੱਕੇ ਨਿੱਕੇ ਚੂਚੇ ਨੇ। ਠੀਕ ਹੈ, ਅਤੇ ਲੜਾਈ ਇਹਨਾਂ ਹੀ ਚੈੱਕ ਕਰੋ, ਵੇਖ ਲਓ ਇਹਨਾਂ ਆਪਾਂ ਦੇ ਖਾ ਛੜਿਆ ਇੱਕ ਦੂਜੇ ਨੂੰ, ਉਹ ਕਿਤੇ ਬੜਾ ਡਰ ਗਿਆ ਹੈ। ਅਤੇ ਚੈੱਕ ਕਰੋ ਮਾਸ਼ਾਅੱਲਾ ਫਿੱਟ ਹੋ ਰਹੇ ਨੇ। ਮੈਂ ਚਲੋ ਇੱਥੇ ਨਾ ਖਾ ਕੇ ਇਹਨਾਂ ਨੂੰ ਪਾ ਛੜੀ ਪ੍ਰੋਪਰ। ਠੀਕ ਹੈ, ਮੈਂ ਚਲੋ ਖਾ ਖੂਨ ਨਾਲੇ ਚੈੱਕ ਕਰੋ। ਚੱਜ ਬਾਈਆਂ ਨੂੰ ਦੂਸਰਾ ਵੀ ਸ਼ੌਕ ਚੈੱਕ ਕਰਾ ਦੇਣਾ, ਚਲੋ ਸਾਰੇ ਬਾਈ ਇੱਕ ਦਫ਼ਾ ਜਿਹੜਾ ਨਾ ਮਰੀਜ਼ ਦੁਬਾਰਾ ਸ਼ੌਕ ਚੈੱਕ ਕਰ ਲਓ। ਬਾਕੀ ਮੱਝੀਆਂ ਮਾਸ਼ਾਅੱਲਾ ਆਂਡੇ ਦੇ ਰਹੀਆਂ ਨੇ, ਬੜੀ ਅੱਛੀ ਐਵਰੇਜ ਆਂਡੇ ਦੇ ਰਹੀਆਂ ਨੇ, ਕਿਉਂਕਿ ਸੀਜ਼ਨ ਤਕਰੀਬਨ ਅੱਧੇ ਚਲਾ ਗਿਆ, ਅਤੇ ਬੜੀ ਅੱਛੀ ਐਵਰੇਜ ਦੇ ਆਂਡੇ ਦੇ ਰਹੀਆਂ ਨੇ ਮਾਸ਼ਾਅੱਲਾ। ਬਾਕੀ ਅਗਰ ਇਹ ਬੱਚੇ ਕਿਸੇ ਭਾਈ ਨੂੰ ਚਾਹੀਦੇ ਹੋਣ ਤਾਂ ਰਾਬਤਾ ਕਰ ਸਕਦਾ। ਰਾਬਤਾ ਨੰਬਰ ਮੇਰਾ ਨੋਟ ਕਰ ਲਓ, 0304-62-88-90, 0347-34-28-173। ਇੱਕ ਦੋ ਦੋਸਤਾਂ ਦੇ ਕੋਲ ਪਾਇਆ ਨੇ, ਤਕਰੀਬਨ 1.5-1.5 ਮਹੀਨੇ ਦੇ, 1.5-1.5 ਮਹੀਨੇ ਦੇ ਬੱਚਾ ਹੋ ਗਏ ਆ। ਠੀਕ ਹੈ, ਜੋ ਬਾਈਆਂ ਨੂੰ ਮਿਲ ਜਾਣਗੇ। ਇੱਕ ਮੇਰੇ ਭਾਈ ਵੱਡਾ ਬਰੀਡਰ ਨਰਪੱਟੀਆਂ ਵਿੱਚ ਛੱਡ ਦੇਈਦਾ ਵੱਖਵੇ ਵੱਖਵੇ ਨਾਲ, ਤਾਂ ਕਿ ਮਾਦੀਆਂ ਜਿਹੜੀਆਂ ਨਾ ਸਾਲ ਸਾਲ ਵਾਲੀਆਂ ਮੇਰੇ ਭਾਈ ਇਹ ਐਡਜਸਟ ਹੋ ਜਾਣ। ਇਹ ਛੱਡਣ ਦੀ ਬੇਸਿਕਲੀ ਵਜ੍ਹਾ ਇਹ ਹੀ ਹੈ ਮੇਰੇ ਭਾਈ ਕਿ ਨਾਲ ਤੋਂ ਮਾਦੀਆਂ ਐਡਜਸਟ ਹੋ ਜਾਣ, ਕਿਉਂਕਿ ਅਗਲੇ ਸਾਲ ਇਹਨਾਂ ਮਾਸ਼ਾਅੱਲਾ ਬਰੀਡ ਕਰਨਾ ਹੈ। ਇਹਨਾਂ ਮਾਦੀਆਂ ਨੇ ਐਮਰਡ ਦੀ ਮਾਦੀ ਮਾਸ਼ਾਅੱਲਾ ਬੜੀ ਅੱਛੀ ਮਾਦੀ ਹੈ, ਬਾਕੀ ਆ ਪਾਇਡ ਦੀ ਹੈ, ਵਾਈਟ ਦਾ ਨਾਰੇ, ਪੈਡ ਦੀ ਮਾਦੀ ਆ ਵੀ ਪੈਡ ਦੀ ਮਾਦੀ ਉੱਪਰਲਾ ਨਾਰੇ, ਬਲੈਕ ਸ਼ੋਲਡਰ ਦੀ ਮਾਦੀਆਂ ਨੇ ਮਾਸ਼ਾਅੱਲਾ 4, ਉਹ ਵਾਈਟ ਦੇ 2 ਨਾਰ ਅਤੇ 1 ਮਾਦੀ ਖਲੋਤੀ ਜੀ। ਇੱਕ ਪਹਿਲ ਪਾਈ ਸੀ ਜਾਨਵਰ ਨੇ, ਹੁਣ ਫਿਲਹਾਲ ਨਾ ਉਤਾਰ ਦਿੱਤੀ ਹੈ, ਕਿਉਂਕਿ ਮੈਂ ਆਇਆ ਸੀ ਖੁਰਾਕ ਪਾਉਣ, ਖੁਰਾਕ ਪਾ ਛੱਡਣੇ ਆ, ਚਲੋ ਨਾਲ ਨਾਲ ਖਾਣਗੇ, ਇੱਥੇ ਜਾਨਵਰ ਪਹਿਲ ਪਾਉਂਦਾ। ਬਾਕੀ ਬਾਹਰ ਕੱਢੇ ਨੇ ਮਾਸ਼ਾਅੱਲਾ ਬਲੂ ਸ਼ੋਲਡਰ ਦੇ, ਠੀਕ ਹੈ, ਬਲੂ ਸ਼ੋਲਡਰ ਦੀਆਂ ਮਾਦੀਆਂ, ਬਲੈਕ
ਸ਼ੋਲਡਰ ਦੇ ਨਾਲ, ਠੀਕ ਹੈ, ਕ੍ਰਾਸਿੰਗ ਪ੍ਰੋਪਰ ਹੋ ਰਹੀ ਹੈ ਮੇਰੇ ਭਾਈ, ਦੇਖ ਸਕਦੇ ਹੋ। ਬਾਕੀ ਇਹ ਮਾਦੀਆਂ ਫਿੱਟ ਹੋ ਰਹੀਆਂ ਨੇ ਅਜੇ, ਅਤੇ ਸੁਬਹਾ ਸੁਬਹਾ ਹੀ ਕੱਢੀ ਦੀਆਂ ਨੇ, ਬਾਕੀ ਇਹਦੇ ਫਿੱਟ ਹੋ ਰਹੇ ਨੇ। ਉਹ ਨਾਲ ਸਾਡੇ ਚੂਦੇ ਨੇ ਸੀਲ, ਉਹ ਵੀ ਫਿਰਦੇ ਟੁਰਦੇ ਪਏ ਨੇ ਮੇਰੇ ਭਾਈ। ਹਾਂ, ਅਤੇ ਇਸ ਤਰ੍ਹਾਂ ਦਾ ਓਪਨ ਜਿਹਾ ਮੋਲ ਬਣਾਏ ਆ, ਠੀਕ ਹੈ। ਓਪਨ ਮੋਲ ਦਾ ਫਾਇਦਾ ਇਹ ਹੈ ਕਿ ਜਾਨਵਰ ਬਿਮਾਰ ਵਗੈਰਾ ਘੱਟ ਹੁੰਦਾ, ਗਰਮੀ ਵਗੈਰਾ ਘੱਟ ਬਣਾਉਂਦਾ, ਠੀਕ ਹੈ, ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ, ਬਹੁਤ ਸਾਰੀਆਂ ਬਰਡ ਮੁਸ਼ਕਲਾਂ ਤੋਂ ਜਿਹੜਾ ਨਾ ਉਹਨੂੰ ਘੱਟ ਸਾਹਮਣਾ ਕਰਨਾ ਪੈਂਦਾ। ਨੈਚੁਰਲ ਜੀ ਮੇਰੇ ਭਾਈ ਇਹਨਾਂ ਨੂੰ ਦਿੱਤੀ ਹੈ ਫਸਾ ਫਸੂ ਵੀ, ਠੀਕ ਹੈ, ਚਾਲ ਚਪੇਰੇ ਦਰਖਤ ਵਗੈਰਾ ਹਰ ਚੀਜ਼ ਪ੍ਰੋਪਰ ਲਾਈ ਹੈ ਮੇਰੇ ਭਾਈ, ਚੈੱਕ ਕਰੋ ਮਾਸ਼ਾਅੱਲਾ। ਬਹੁਤ ਸਾਰੇ ਭਾਈ ਮੇਰੇ ਕੋਲ ਲੋਕੇਸ਼ਨ ਪੁੱਛਦੇ ਰਹਿੰਦੇ ਨੇ, ਨੰਬਰ ਪੁੱਛਦੇ ਰਹਿੰਦੇ ਨੇ, ਨੰਬਰ ਮੇਰੇ ਭਾਈ ਵਟਸਐਪ ਦਾ ਜਿਹੜਾ ਵੀ ਇਹ ਲੋਕਲ ਵੀ ਕਾਲ ਸਰਵਿਸ ਔਰ ਵਟਸਐਪ ਸਰਵਿਸ ਦੋਵੇਂ ਮੇਰੇ ਭਾਈ ਵੀਡੀਓ 'ਚ ਮੌਜੂਦ ਹੁੰਦੇ ਨੇ, ਅਤੇ ਲੋਕੇਸ਼ਨ ਮੇਰੀ ਹਾਫਸਾਬਾਦ ਦੀ ਹੈ ਮੇਰੇ ਭਾਈ, ਠੀਕ ਹੈ। ਫਾਰਮ ਮੇਰਾ ਵਿਰਕ ਪੀਕੋਕ ਫਾਰਮ ਦੇ ਨਾਮ ਤੋਂ ਹੈ। ਇਸ ਛੇੜਦੇ ਮੇਰੇ ਭਾਈ ਵੇਖੋ, ਬਾਹਰ ਕੱਢੇ ਸਨ, ਠੀਕ ਹੈ, ਜਿਹੜੇ ਬਾਹਰ ਫਿੱਟ ਹੋ ਰਹੇ ਨੇ ਮੇਰੇ ਭਾਈ, ਉਹ ਸਾਰੇ ਇਸ ਛੇੜਦੇ ਨੇ। ਹੁਣ ਆ ਜਾਂਦਾ ਅਗਲਾ ਛੇੜ, ਬਲੈਕ ਸ਼ੋਲਡਰ ਇਹ ਨੇ ਮੇਰੇ ਭਾਈ, ਬਲੈਕ ਸ਼ੋਲਡਰ ਦੀਆਂ ਪੱਠੀਆਂ 300 ਸਾਲਾਂ। ਇੱਕ ਨਾਲ ਜਿਹੜਾ ਤੁਹਾਨੂੰ ਦੱਸਿਆ ਵਿਖਾਇਆ ਨਾ ਪੱਠੀਆਂ ਦੇ ਵਿੱਚ ਮੇਰੇ ਭਾਈ, ਉਹ ਇਦੋਂ ਹੀ ਛੱਡਿਆ, ਕਿਉਂਕਿ 3 ਨਰ ਸਨ, ਮੈਂ ਕਿਹਾ ਚਲੋ ਇੱਕ ਜਿਹੜਾ ਨਾ ਉਹਦੇ 2 ਦਿਨ ਛੱਡ ਦਿੰਦੇ ਹਾਂ, ਨਾਲੇ ਮਾਦੀਆਂ ਐਡਜਸਟ ਹੋ ਜਾਣ, ਅਤੇ ਨਾਲੇ ਪੱਠੀਆਂ ਪੁੱਠੀਆਂ ਵੀ ਐਡਜਸਟ ਹੋ ਜਾਣ, ਅਤੇ ਨਾਲੇ ਨਰ ਦੀ ਸਾਈ ਨਿਕਲ ਜਾਂਦੀ ਥੋੜ੍ਹਾ ਜਿਹਾ। ਉਹ ਨਰ ਕ੍ਰਾਸਿੰਗ ਜ਼ਿਆਦਾ ਕਰ ਰਿਹਾ ਸੀ, ਅਤੇ ਮੈਂ ਜਰਾ ਕੁ ਨਾ 2 ਦਿਨ ਰੈਸਟ ਮਾਰ ਲਵੇ, ਅਤੇ ਜਰਾ ਕੁ ਇਹ ਨਰਾਂ ਨੂੰ ਵੀ ਟਾਈਮ ਮਿਲੇ ਨਾ। ਇਸੇ ਤਰ੍ਹਾਂ ਮੇਰੇ ਭਾਈ ਵਕਫੇ ਵਕਫੇ ਨਾਲ ਕੱਢਦੇ ਰਹੀਦਾ। ਬਾਕੀ ਬਹੁਤ ਸਾਰੇ ਭਾਈ ਐਸੇ ਨੇ ਕਿ ਜਿਹੜੇ ਨਾ 2-3 ਮਾਦੀਆਂ ਲਾ ਕੇ ਇੱਕ ਨਾਲ ਛੋੜ ਦੇਣ, ਲੇਕਿਨ ਮੇਰੇ ਭਾਈ ਸਾਡਾ ਤਰੀਕਾ ਕਾਰ ਇਹ ਨਹੀਂ ਹੈ। ਸਾਨੂੰ 18 ਸਾਲ ਹੋ ਗਏ ਨੇ, ਮਾਸ਼ਾਅੱਲਾ ਫਰਟੈਲਿਟੀ 95% ਨਿਕਲਦੀ ਹੈ ਮੇਰੇ ਭਾਈ। ਇਸੇ ਤਰ੍ਹਾਂ ਹੀ ਮੇਰੇ ਭਾਈ ਵੇਖੋ, ਖੂਬਸੂਰਤੀ ਚੈੱਕ ਕਰੋ, ਪਾਇਡ ਦੀ ਸਫੇਦ ਟੇਲ ਸੈਂਟਰ ਦੇ, ਬਾਕੀ ਸਾਈਡਾਂ ਦੇ ਗ੍ਰੀਨ। ਇਸ ਕੁਆਲਿਟੀ ਦੇ ਮੇਰੇ ਭਾਈ ਜਿਹੜੇ ਨਾ ਬਰਡ, ਅਗਰ ਕਿਸੇ ਭਾਈ ਦੇ ਕੋਲ ਹੋਵੇ ਤਾਂ ਉਹ ਰਾਬਤਾ ਕਰ ਸਕਦਾ, ਠੀਕ ਹੈ, ਕਿਸੇ ਸ਼ੌਕ ਛੋੜਨਾ ਹੋਵੇ ਆਪਣਾ। ਜੇ ਅਗਰ ਬਹਾਰ ਰੱਖਣਾ ਤਾਂ ਮੇਰੇ ਭਾਈ ਅੱਲਾ ਪਾਕ ਉਹਨਾਂ ਸਲਾਮਤ ਰੱਖੇ। ਪਾਇਡ ਦੀਆਂ ਮਾਦੀਆਂ ਨਾਲ ਨਰ, ਮਾਸ਼ਾਅੱਲਾ ਬਹੁਤ ਅੱਛੀ ਆਊਟ ਆਫ ਕਲਾਸ ਜਿਹੜੀ ਹੈ ਨਾ ਨਰ ਦੀ ਟੇਲ ਹੈ। ਇਸੇ ਤਰ੍ਹਾਂ ਮੇਰੇ ਭਾਈ ਤੁਸੀਂ ਇਹ ਚੈੱਕ ਕਰ ਸਕਦੇ ਹੋ, ਇਕੱਲਾ ਬੱਬਰ ਸ਼ੇਰ ਸ਼ਹਿਜ਼ਾਦਾ ਨਰ, ਠੀਕ ਹੈ, ਨਾਲ ਮਾਦੀਆਂ ਚੈੱਕ ਕਰੋ 15, ਠੀਕ ਹੈ। ਅੱਛਾ ਯਾਰ, ਬਹੁਤ ਸਾਰੇ ਭਾਈ ਜਿਹੜੇ ਨੇ ਨਾ ਉਹ ਅਕਸਰ ਮੈਨੂੰ ਵਟਸਐਪ 'ਤੇ ਜਾਂ ਵੈਸੇ ਕਮੈਂਟ ਵਗੈਰਾ ਕਰਦੇ ਰਹਿੰਦੇ ਨੇ, ਮੇਰੇ ਭਾਈ ਜਿਹੜਾ ਨਾ ਤੁਸੀਂ ਬੜੀਆਂ ਜ਼ਿਆਦਾ ਮਾਦੀਆਂ ਲਾਈਆਂ ਨੇ, ਬਾਕੀ ਜਿੰਨੇ ਵੀ ਫਾਰਮਰ ਨੇ ਉਹਨਾਂ ਦੋ ਤਿੰਨ ਮਾਦੀਆਂ ਲਾਈਆਂ ਨੇ, ਨਾਲ ਇੱਕ ਨਰ ਲਾਇਆ, ਠੀਕ ਹੈ। ਮੇਰੇ ਭਾਈ ਮੈਂ ਹਰ ਵੀਡੀਓ ਚੈੱਕ ਕਰਾਉਂਦਾ ਰਹਿੰਦਾ ਕਿ ਨਰ ਦੀ ਕੰਪੈਸਿਟੀ ਚੈੱਕ ਕਰਨੀ ਚਾਹੀਦੀ ਹੈ ਨਰ ਦੇ। ਮੇਰੇ ਭਾਈ ਨਰ ਅਗਰ ਇਸ ਤਰੀਕੇ ਦਾ ਅੱਛੀ ਕੁਆਲਿਟੀ ਦਾ ਪ੍ਰੋਪਰ ਟੇਲ ਵਾਲਾ ਲੌਂਗ ਟੇਲ ਵਾਲਾ ਹੋਵੇ ਤਾਂ ਮੇਰੇ ਭਾਈ ਮਾਦੀਆਂ ਨੂੰ ਖੰਘਣ ਵੀ ਨਹੀਂ ਦਿੰਦਾ, ਠੀਕ ਹੈ, ਇੰਨੀਆਂ ਮਾਦੀਆਂ ਦੇ ਵਾਸਤੇ ਕੁਝ ਵੀ ਨਹੀਂ। ਬਾਕੀ ਖੁਰਾਕ ਜਿਹੜੀ ਹੈ ਮੇਰੇ ਭਾਈ ਉਹ ਬਹੁਤ ਮੈਟਰ ਕਰਦੀ ਹੈ। ਉਹਨੇ ਆਖਿਆ ਬੰਦਾ ਘੋੜਾ ਔਰ ਬਰਡ ਜਦੋਂ ਵੀ ਮਰਦੇ ਨੇ ਖੁਰਾਕ ਤੋਂ ਮਰਦੇ ਨੇ, ਵਰਨਾ ਇਹਨਾਂ ਨੂੰ ਥੋੜ੍ਹੀ ਕਿਤੇ ਮੌਤ ਨਹੀਂ ਆਉਂਦੀ, ਠੀਕ ਹੋ ਗਿਆ। ਅਤੇ ਮੇਰੇ ਭਾਈ ਖੁਰਾਕ ਪ੍ਰੋਪਰ ਰੱਖੋ ਮੇਰੇ ਭਾਈ, ਬਹੁਤ ਜ਼ਿਆਦਾ ਵਿਟਾਮਿਨ ਇਹਨਾਂ ਨੂੰ ਇਸਤੇਮਾਲ ਕਰਾਈਦੇ ਨੇ, ਠੀਕ ਹੈ, ਕੈਲਸ਼ੀਅਮ ਵਗੈਰਾ ਇੰਜੈਕਸ਼ਨ ਵੀ ਲਾਈਦੇ ਨੇ, ਠੀਕ ਹੈ। ਅੱਛਾ, ਇੱਕ ਹੋਰ ਛੋਟਾ ਜਿਹਾ ਨਾ, ਇਹ ਬਿਲਕੁਲ ਛੋਟਾ ਜਿਹਾ ਤੁਹਾਨੂੰ ਜਿਹੜਾ ਨਾ ਨੁਸਖਾ ਦੱਸਣਾ ਵਾ, ਠੀਕ ਹੈ। ਅਸੀਂ ਜਿਹੜੇ ਕਿਸਾਨ ਲੋਕ ਆ ਨਾ, ਡੰਗਰਾਂ ਨੂੰ ਇੱਕ ਇੰਜੈਕਸ਼ਨ ਲਾਉਂਦੇ ਹਾਂ ਜਿਸ ਟਾਈਮ ਅਸੀਂ ਚੋਈਦਾ। ਬਹੁਤ ਸਾਰੇ ਜਿਹੜੇ ਇਹਨਾਂ ਨਾਲ ਡੰਗਰ ਡੁੰਗਰ ਜਿਹੜੇ ਤੰਗ ਕਰਦੇ ਨੇ ਨਾ, ਉਹਨਾਂ ਨੂੰ ਇੱਕ ਇੰਜੈਕਸ਼ਨ ਲਾਇਆ ਜਾਂਦਾ, 1 cc 1.5 cc। ਮੈਕਸੀਮਮ ਅਸੀਂ 1/2 cc ਇਸਤੇਮਾਲ ਕਰੀਦਾ, ਜਿਹਨੂੰ ਪ੍ਰੋਪਰ ਸੁਬਹਾ ਸ਼ਾਮ ਇਸਤੇਮਾਲ ਕਰੀਦਾ, ਵਰਨਾ ਤਕਰੀਬਨ 1/2 cc ਵੀ ਲਾ ਲੈਂਦੇ ਨੇ, ਇਸ਼ੂ ਕੋਈ ਨਹੀਂ ਹੈ, ਠੀਕ ਹੈ।
ਉਹਦਾ ਪਿਛਲੇ ਦਿਨਾਂ ਦੇ ਵਿੱਚ ਅੱਜ ਤੱਕ 2 ਸਾਲ ਪਹਿਲੇ ਉਹਦਾ ਰਿਐਕਸ਼ਨ ਗਲਤ ਕਰਨ ਲੱਗ ਪਏ ਸਨ ਲੋਕ, ਉਹਦਾ ਗਲਤ ਇਸਤੇਮਾਲ ਕਰਨ ਲੱਗ ਪਏ ਸਨ, ਔਰ ਉਹਦਾ ਗਲਤ ਇਸਤੇਮਾਲ 110% ਗਰੰਟੀ ਦੇ ਨਾਲ ਹੁੰਦਾ ਸੀ। ਠੀਕ ਹੈ, ਮੈਂ ਨਾਂ ਨਹੀਂ ਲੈਂਦਾ, ਲੇਕਿਨ ਬਹੁਤ ਸਾਰੀਆਂ ਜਿਹੜੀਆਂ ਨਾ ਸਾਡੀਆਂ ਭੈਣਾਂ ਵਗੈਰਾ ਵੀ ਦਿੰਦੀਆਂ ਪਈਆਂ ਨੇ। ਅਤੇ ਇਸਤੇਮਾਲ ਉਹਦਾ ਕੀ ਹੁੰਦਾ ਸੀ ਕਿ ਉਹ ਡਰਿੰਕ ਦੇ ਵਿੱਚ ਇਸਤੇਮਾਲ ਕਰਕੇ ਉਹਦਾ ਗਲਤ ਇਸਤੇਮਾਲ ਕਰਦੇ ਹਨ। ਠੀਕ ਹੈ, ਜਿਹੜੇ ਭਾਈ ਡੇਢ ਵਗੈਰਾ 'ਤੇ ਜਾਂਦੇ ਸਨ, ਇਸੇ ਤਰ੍ਹਾਂ ਮੇਰੇ ਭਾਈ ਇਹਨਾਂ 'ਤੇ ਵੀ ਮੇਰੇ ਭਾਈ ਉਹ ਹਰਬਾ ਇਸਤੇਮਾਲ ਕਰ ਲਈਦਾ, ਜਿਹੜੇ ਬਰਡ ਆਂਡੇ ਨਾ ਦਿੰਦੀ ਹੋਵੇ, ਜਿਹੜੀ ਮਾਦੀ ਕ੍ਰਾਸ ਨਾ ਹੁੰਦੀ ਹੋਵੇ। ਠੀਕ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਗਰਮ ਹੁੰਦਾ, ਹੀਟ ਅਪ ਹੁੰਦਾ। ਬਾਕੀ ਭਾਈਆਂ ਨੂੰ ਸਮਝ ਲੱਗ ਗਈ ਹੋਵੇਗੀ। ਠੀਕ ਹੈ, ਅਤੇ ਮੈਂ ਮਸ਼ਵਰਾ ਤਾਂ ਨਹੀਂ ਦਿੰਦਾ ਹੁੰਦਾ ਕਿ ਤੁਸੀਂ ਪ੍ਰੋਪਰ ਇਸਤੇਮਾਲ ਕਰੋ, ਅਗਰ ਜਿਹੜੇ ਭਾਈਆਂ ਦੀਆਂ ਮਾਦੀਆਂ ਆਂਡੇ ਨਹੀਂ ਨਾ ਦਿੰਦੀਆਂ, ਜਿਹੜੀਆਂ ਮਾਦੀਆਂ ਆਂਡੇ ਨਹੀਂ ਦਿੰਦੀਆਂ ਜਾਂ ਜਿਹੜਾ ਨਰ ਪੈਲ ਨਹੀਂ ਪਾਉਂਦਾ, ਮੇਰੇ ਭਾਈ ਉਹਨੂੰ 2-3 ਪੁਆਇੰਟ ਲਾਜ਼ਮੀ ਦਿਆ ਜੇ, ਅਤੇ ਫਿਰ ਉਹਦਾ ਰਿਜ਼ਲਟ ਚੈੱਕ ਕਰਿਆ ਜੇ, ਕਿਉਂਕਿ ਉਹ ਗਰਮ ਬਹੁਤ ਹੁੰਦਾ, ਹੀਟ ਅਪ ਹੁੰਦਾ। ਹੁਣ ਮੇਰੇ ਭਾਈ ਵਾਰੀ ਆ ਗਈ ਸੀ ਪੱਠੀਆਂ ਦੀ, ਮੈਂ ਕਿਹਾ ਚਲੋ ਇਹਨਾਂ ਨੂੰ ਬਾਹਰ ਕੱਢ ਦਈਏ। ਨਰ ਮਾਸ਼ਾਅੱਲਾ ਇੱਕ ਨੇ ਉਹ ਪੈਲ ਪਾਈ ਹੈ, ਇੱਕ ਨੇ ਆਹ ਪੈਲ ਪਾਈ ਹੈ। ਇਸੇ ਤਰ੍ਹਾਂ ਹੀ ਮੇਰੇ ਭਾਈ ਅਸੀਂ ਕਰਾਸਿੰਗ ਵੀ ਕਰਾਈ ਦੀ ਹੈ, ਮਾਸ਼ਾਅੱਲਾ ਕਰਾਸ ਵੀ ਬਹੁਤ ਅੱਛੀਆਂ ਹੁੰਦੀਆਂ ਨੇ, ਉੱਤੇ ਨੈੱਟ ਵਗੈਰਾ ਕਿਸੇ ਕਿਸਮ ਦਾ ਕੋਈ ਚੀਜ਼ ਨਹੀਂ ਹੈ। ਠੀਕ ਹੈ, ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ, ਉਹਨਾਂ ਤੱਕ ਆਪਣੇ ਭਾਈ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼। ਰਾਬਤਾ ਨੰਬਰ ਫਿਰ ਦੁਬਾਰਾ ਨੋਟ ਕਰ ਲਓ, 0304-6268-90, 0343-34-28-173। ਠੀਕ ਹੋ ਗਿਆ ਮੇਰੇ ਭਾਈ, ਅਗਰ ਕਿਸੇ ਭਾਈ ਨੇ ਕੋਈ ਵੀ ਸ਼ੌਕ ਕਰਨਾ ਹੋਵੇ ਤਾਂ ਮੇਰੇ ਭਾਈ ਉਹ ਰਾਬਤਾ ਕਰ ਸਕਦਾ।